ਲੁਧਿਆਣਾ ਦੇ ਥਾਣਾ ਲਾਡੋਵਾਲ ਅਧੀਨ ਪੈਂਦੇ ਪਿੰਡ ਭੱਟੀਆਂ ਵਿੱਚ ਦਿਨ ਦਿਹਾੜੇ ਇੱਕ ਔਰਤ ਨੂੰ ਪਿਸਤੌਲ ਦੀ ਨੋਕ ਉੱਤੇ ਬੰਦੀ ਬਣਾ ਕੇ ਲੱਖਾਂ ਰੁਪਏ ਦੀ ਲੁੱਟ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਆਪਣੇ ਆਪ ਨੂੰ ਪੁਲਿਸ ਵਾਲਾ ਦੱਸ ਕੇ ਘਰ ਅੰਦਰ ਦਾਖਲ ਹੋ ਗਏ, ਜਿਸ ਉਪਰੰਤ ਉਹਨਾਂ ਨੇ ਔਰਤ ਉੱਤੇ ਹਮਲਾ ਕਰ ਦਿੱਤਾ ਅਤੇ ਲੱਖਾਂ ਰੁਪਏ ਦੀ ਨਗਦੀ ਅਤੇ ਗਹਿਣੇ ਲੁੱਟ ਕੇ ਨਾਲ ਨਾਲ ਸੀਸੀਟੀਵੀ ਕੈਮਰੇ ਦੀ ਫੁਟੇਜ ਵੀ ਲੈ ਕੇ ਫਰਾਰ ਹੋ ਗਏ। ਇਸ ਦੌਰਾਨ ਪੀੜਿਤ ਔਰਤ ਨੇ ਉਹਨਾਂ ਅੱਗੇ ਹੱਥ ਜੋੜ ਕੇ ਆਪਣੀ ਜਾਨ ਬਚਾਈ। ਇਸ ਵਾਰਦਾਤ ਦਾ ਪਤਾ ਲੱਗਣ ਉੱਤੇ ਪੁਲਿਸ ਅਧਿਕਾਰੀ ਥਾਣਾ ਲਾਡੋਵਾਲ ਦੇ CIA ਨੇ ਫਿੰਗਰਪ੍ਰਿੰਟ ਟੀਮ ਨਾਲ ਮੌਕੇ ਉੱਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਲਾਡੋਵਾਲ ਥਾਣੇ ਦਾ ਭੱਟੀਆਂ ਪਿੰਡ ਦਾ ਵਾਕਿਆ ਜੀ, ਇੱਥੇ ਦਿਨ ਦਿਹਾੜੇ ਲੁੱਟ ਦਾ ਮੈਟਰ ਆਇਆ ਸਾਹਮਣੇ। ਲੇਡੀ ਸੀਗੀ, ਘਰੇ ਇਕੱਲੀ ਸੀਗੀ ਅਤੇ ਉਹਨੂੰ ਬੰਨ ਕੇ ਅਤੇ ਲੁੱਟ ਕੀਤੀ ਗਈ ਹੈ। ਅਜੇ ਉਹਦਾ ਐਸਟੀਮੇਟ ਲਗਾ ਰਹੇ ਹਾਂ, ਬੰਦਿਆਂ ਦਾ ਵੀ ਹਜੇ ਕਨਫਰਮ ਨਹੀਂ ਹੋ ਰਿਹਾ ਵੀ ਐਗਜੈਕਟ ਫਿਗਰ ਕੀ ਹੋਊਗਾ। ਤਫਤੀਸ਼ ਕਰ ਰਹੇ ਹਾਂ ਜੀ, ਜੋ ਤਫਤੀਸ਼ ਤਦ ਸਾਹਮਣੇ ਆਣਗੇ ਉਸ ਹਿਸਾਬ ਨਾਲ ਕਾਰਵਾਈ ਕਰਦੇ ਹਾਂ। ਆਪਣੀ ਦੁਕਾਨ 'ਤੇ ਸੀਗੇ ਮੌਜੂਦ ਜਦੋਂ ਇਹ ਲੁੱਟ ਹੋਈ, ਇਹਨਾਂ ਦੇ ਘਰੇ ਸਿਰਫ ਇੱਕ ਲੇਡੀ ਮੌਜੂਦ ਸੀ।